ਫੈਸਲਾ ਵੀ ਇਸ ਤਰ੍ਹਾਂ ਦਿੱਤਾ ਕਿ ਵਕਤੀ ਤੁਸੀਂ ਜਿੱਤੇ ਹੋ, ਠੀਕ ਹੈ, ਕੋਈ ਵੀਡੀਓ ਨਹੀਂ ਹੈ, ਕੋਈ ਗੱਲਬਾਤ ਨਹੀਂ। ਜਿਸ ਟਾਈਮ ਕੋਈ ਵੀਡੀਓ ਆਵੇਗੀ, ਵੀਡੀਓ ਦੇ ਹਿਸਾਬ ਨਾਲ ਗੱਲ ਹੋਵੇਗੀ। ਵੱਡੇ ਦੇ ਮੂੰਹ ਦੀ ਗੱਲ ਹੈ, ਠੀਕ ਹੈ, ਕਿ ਵੀਡੀਓ 1-2 ਘੰਟੇ ਦਾ ਟਾਈਮ ਜਿਹੜਾ ਨਾ ਉਹ ਹੋਣਾ ਚਾਹੀਦਾ, ਠੀਕ ਹੈ, ਉਹ ਕੋਈ ਮਸਲਾ ਨਹੀਂ। ਜੇ ਵੀਡੀਓ ਆ ਜਾਂਦੀ ਹੈ ਤਾਂ ਵੀਡੀਓ ਉਸ ਹਿਸਾਬ ਨਾਲ ਗੱਲ ਹੋਵੇਗੀ। ਵੀਡੀਓ ਆ ਗਈ ਹੈ, ਵੀਡੀਓ ਦੇ ਵਿੱਚ ਵਾਜ਼ਿਆ ਤੌਰ 'ਤੇ ਸੈਡ ਹੋਈ ਹੈ, ਠੀਕ ਹੈ, ਵਾਜ਼ਿਆ ਤੌਰ 'ਤੇ ਮਨਾਜ ਭਾਈ ਨੂੰ ਸੈਡ ਹੋਈ ਹੈ, ਠੀਕ ਹੈ, ਉਹ ਪੂਰੇ ਪਾਕਿਸਤਾਨ ਦੇ ਵਿੱਚ ਇਹਨੂੰ ਦੇਖ ਲਏ ਬਹਾ ਲੈਣ, ਸੈਡ ਵਾਜ਼ਿਆ ਤੌਰ 'ਤੇ ਹੋਈ ਹੈ। ਅਤੇ ਉਹ ਵੀਡੀਓ ਦੇ ਵੇਖ ਕੇ ਉਸ ਹਿਸਾਬ ਨਾਲ ਮਨਾਜ ਭਾਈ ਵੀ ਇਹਨਾਂ ਨੇ, ਠੀਕ ਹੈ, ਕਿਉਂਕਿ ਪਰਚੀ ਦੇ ਉੱਤੇ ਵਾਜ਼ਿਆ ਤੌਰ 'ਤੇ ਲਿਖਿਆ ਕਿ ਸੈਡ ਵਹਾਓ, ਜਿਸ ਰੌਲਾ ਬਣਦਾ ਜਾਂ ਸੈਡ ਸੂਟ ਦਾ ਜੋ ਵੀ ਰੌਲਾ ਬਣਦਾ ਉਹਦਾ ਵੀਡੀਓ 'ਤੇ ਫੈਸਲਾ ਹੋਇਆ। ਵੀਡੀਓ ਮੇਰੇ ਕੋਲ ਮੌਜੂਦ ਹੈ, ਜ਼ਾਤੀ ਮੇਰੇ ਕੋਲ ਆਪਣੇ ਕੋਲ ਮੌਜੂਦ ਹੈ। ਅਤੇ ਮਿਰਜ਼ਾ ਅਲੀ ਸਾਹਿਬ ਨਾਲ ਵੀ ਗੱਲ ਹੋਈ ਹੈ, ਠੀਕ ਹੈ, ਉਹਨਾਂ ਨੇ ਆਖਿਆ ਜੀ ਵੀਡੀਓ ਮੇਰੇ ਕੋਲ ਹੈ, ਤੋੜੋ ਤੋੜ ਨਹੀਂ, ਲੇਕਿਨ ਉਹਨਾਂ ਨੂੰ ਤਕਰੀਬਨ ਅੱਧਾ ਪੌਣਾ ਘੰਟਾ ਹੋ ਗਿਆ ਵੀਡੀਓ ਨੂੰ ਸੈਂਡ ਕਰ ਦਿੱਤੀ। ਅਤੇ ਉੱਥੋਂ ਫਿਰ ਸਾਰਾ ਹਿਸਾਬ ਕਿਤਾਬ ਲਾ ਕੇ ਨਾ ਮਨਾਜ ਭਾਈ ਵੀ ਇਹਨਾਂ ਨੇ ਮੁਬਾਰਕ ਦੇ ਦੀ ਭਾਈ ਤੁਸੀਂ ਮੁਬਾਰਕ ਦਿਓ ਮਨਾਜ ਭਾਈ ਨੂੰ, ਮੁਬਾਰਕ ਹੈ, ਠੀਕ ਹੈ ਮਨਾਜ ਭਾਈ। ਵਿਨ ਇੰਜ ਵਿਨ ਹੁੰਦੇ ਹੀ ਮਿਰਦਿਆ ਤੈਨੂੰ ਮੈਂ ਦੱਸ ਦਿੱਤਾ ਹੀ।